ਸਤਿ ਸ਼੍ਰੀ ਅਕਾਲ ਵੀਰੋ, ਮੈਂ ਚਰਨਜੀਤ ਸਵਾਗਤ ਕਰਦਾ ਸਾਰਿਆਂ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ। ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੋਗੇ, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀਡੀਓ ਅੱਜ ਕਿਸ ਚੀਜ਼ 'ਤੇ ਆ। ਪਹਿਲਾਂ ਤੁਸੀਂ ਰੋਟਾਵੇਟਰ ਤਾਂ ਬਹੁਤ ਵੀਡੀਓ ਦੇਖੀਆਂ ਆਪਣੀਆਂ, ਬਹੁਤ ਰੋਟਾਵੇਟਰ ਆਪਣੇ ਵੇਖੇ ਨੇਗੇ। ਇਸ ਵਾਰ ਬਿਲਕੁਲ ਸਪੈਸ਼ਲ ਆ ਗਾ, ਨਵੀਂ ਚੀਜ਼ ਆ ਗਈ, ਕਿਉਂਕਿ ਸਾਡਾ ਮੋਟਿਵ ਇਹ ਹੁੰਦਾ ਗਾ ਹਰ ਵਾਰ ਕੁਛ ਨਾ ਕੁਛ ਸਮੇਂ ਬਾਅਦ ਜਾਂ ਕਿਲਿਕ ਸੀਜ਼ਨ ਦੇ ਬਾਅਦ ਆਪਾਂ ਨਵੇਂ ਤੋਂ ਨਵੇਂ ਅਪਡੇਟ ਕਰੀਏ। ਕੋਈ ਵੀ ਆਪਣਾ ਇੰਪਲੀਮੈਂਟ ਆ ਉਸ ਨੂੰ ਲੈ ਕੇ ਆਪਾਂ ਹੁਣ ਕੀ ਦਿਖਾਉਂਦੇ ਹਾਂ ਤੁਹਾਨੂੰ ਅੱਜ। ਮੇਨ ਚੀਜ਼ ਜਿਹੜੀ ਆ ਆਪਣੀ ਰੋਟਾਵੇਟਰ ਦੇ ਵਿੱਚ ਕੀ ਅਪਡੇਟ ਆ ਗਈ, ਕੀ ਕੀ ਕੁਆਲਿਟੀ ਆ, ਕੀ ਕੀ ਇਹਦਾ ਮਟੀਰੀਅਲ ਲੱਗਿਆ ਗਾ, ਸਾਰਾ ਡਿਟੇਲ ਨਾਲ ਤੁਹਾਨੂੰ ਗੱਲ ਕਰਾਂਗੇ। ਆਪਾਂ ਗੱਲ ਕਰਦੇ ਰੋਟਾਵੇਟਰ ਦੀ, ਕੀ ਇਹਦੇ ਵਿੱਚ ਖਾਸ ਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਿਖਾਊਂਗਾ 8 ਫੁੱਟਾ ਰੋਟਾਵੇਟਰ ਆ ਜਿਹਦਾ ਸਾਈਜ਼ ਆ ਜਿਹੜਾ, ਇਹਦਾ ਤੁਸੀਂ ਪਹਿਲਾਂ ਗੇਅਰ ਦੇਖ ਸਕਦੇ ਹੋ, ਬਿਲਕੁਲ ਹੈਵੀ ਡਿਊਟੀ ਆ। ਜਿੱਡੀ ਬਾਡੀ ਇਹਦੀ ਰੋਟਾਵੇਟਰ ਦੀ ਆ, ਓਡਿਆ ਵੱਡਾ ਹੀ ਗੇਅਰ ਆ। ਸਭ ਤੋਂ ਜਿਹੜੀ ਮੇਨ ਚੀਜ਼ ਹੈਗੀ, ਹੁਣ ਤੱਕ ਦਾ ਆਪਣਾ ਟੌਪ ਮਾਡਲ ਆ ਜੀ ਇਹ, ਜਿਹੜਾ ਨਵਾਂ ਲਾਂਚ ਹੋਇਆ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਆਪਾਂ ਅੱਜ। ਇਹ ਤੁਹਾਨੂੰ ਕਿਤੇ ਵੀ ਨਹੀਂ ਦੇਖਣ ਨੂੰ ਮਿਲੂਗਾ, ਜਿਹੜਾ ਗੇਅਰ ਲੱਗਿਆ ਇਹਦੇ ਵਿੱਚ ਕਰੋਨ ਪੀਨੀਅਨ ਦੇ ਵਿੱਚ ਆ ਜੀ ਇਹ। ਪਹਿਲਾਂ ਵੀ ਆਪਾਂ ਵੀਰੋ ਯੂਜ਼ ਕਰਦੇ ਸੀ ਸੁਪਰ ਸੀਡਰ ਵਾਲਾ ਗੇਅਰ ਜਿਹਨੂੰ ਕਹਿ ਦਿੰਦੇ ਸੀ, ਇਹ ਉਸ ਤੋਂ ਵੀ ਉੱਪਰ ਦਾ ਗੇਅਰ ਆ ਜੀ, ਹੈਵੀ ਡਿਊਟੀ ਮਲਟੀ ਪੀਡ ਗੇਅਰ ਆ ਜੀ। ਸਾਈਡ ਤੋਂ ਆ ਖੋਲ ਕੇ ਪਲੇਟ ਤੁਸੀਂ ਇਹਦੇ ਚੱਕਰ ਘਟਾ ਵਧਾ ਸਕਦੇ ਹੋਗੇ। ਉਸ ਕਰਦੇ ਆਪਾਂ ਟਰੈਕਟਰ ਚੇਂਜ ਕਰ ਲੈਂਦੇ ਟਾਈਮ ਪਾ ਕੇ, ਤਾਂ ਚੱਕਰ ਤੁਸੀਂ ਘਟਾਉਣੇ ਵਧਾਉਣੇ ਤਾਂ ਇੱਥੋਂ ਖੋਲ ਕੇ ਪਲੇਟ ਗਰਾਰੀ ਚੇਂਜ ਹੋ ਜਾਂਦੀ ਆ, ਡਿਟੋ ਜਿਵੇਂ ਪਹਿਲਾਂ ਆਪਣੇ ਮਲਟੀ ਗੇਅਰ ਆਉਂਦੇ ਸੀਗੇ। ਜਿਵੇਂ ਕਿ ਇਹਦੀ ਜਿਹੜੀ ਸਾਈਡ ਇਹਦੀ ਗੇਅਰ ਦੀ ਆਪਣੀ ਪਲੇਟ ਵੀ ਆਉਂਦੀ ਹੈ, ਇਹ ਅਲਮੀਨੀਅਮ ਦੇ ਵਿੱਚ ਹੁੰਦੀ ਹੈਗੀ। ਕਈ ਵਾਰ ਗੇਅਰ ਗਰਮ ਹੁੰਦੇ ਜਦੋਂ ਚੱਲਦੇ ਆ ਜਾਂ ਉੱਦਾਂ, ਫਿਰ ਵੀ ਕਦੇ ਵੀ ਇਹ ਪਲੇਟ ਨੂੰ ਕੋਈ ਪ੍ਰੋਬਲਮ ਨਹੀਂ, ਉਹ ਡੈਮੇਜ ਵਗੈਰਾ ਨਹੀਂ ਹੁੰਦੀ, ਵਧੀਆ ਕੁਆਲਿਟੀ ਦਾ ਗੇਅਰ ਆ, ਹੈਵੀ ਡਿਊਟੀ। ਅੱਜ ਤੱਕ ਤੁਸੀਂ ਫਸਟ ਟਾਈਮ ਦੇਖਿਆ ਹੋਣਾ, ਮੇ ਬੀ ਅੱਜ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਸੀਂ। ਨੰਬਰ 2, ਗੇਅਰ ਦੇ ਨਾਲ ਨਾਲ ਜਿਹੜੇ ਪਾਈਪ ਲੱਗੇ ਹੁੰਦੇ ਨੇ ਵੀਰ, ਇਹ ਜਾਂਦੇ ਆ ਜਿਹੜੇ ਸਪੋਰਟ ਲਈ ਪਾਈਪ ਹੁੰਦੇ ਨੇਗੇ, ਇਹ ਆਮ ਸਾਰੇ 2.5 ਇੰਚ ਯੂਜ਼ ਕੀਤੇ ਜਾਂਦੇ ਨੇ। ਇਹਦੇ ਵਿੱਚ ਆਪਾਂ 3 ਇੰਚ ਯੂਜ਼ ਕੀਤੇ ਆ ਗਏ, ਇਹਨੂੰ ਹੋਰ ਹੈਵੀ ਕਰ ਦਿੱਤਾ ਇਹ ਚੀਜ਼ ਨਾਲ, ਉੱਦਾਂ ਵੀ ਹੈਵੀ ਹੋ ਗਿਆ ਔਰ ਲੁੱਕ ਵਾਈਜ਼ ਦੇਖਣ 'ਚ ਵੀ ਹੈਵੀ ਰੋਟਾਵੀਟਰ ਲੱਗ ਰਿਹਾ ਬਹੁਤ ਜ਼ਿਆਦਾ, ਤੁਸੀਂ ਦੇਖ ਹੀ ਰਹੇ ਹੋਗੇ। ਡਾਲੇ ਨੂੰ 8 ਫੁੱਟ ਨੂੰ ਆਪਾਂ 4 ਸਪਰਿੰਗ ਲਾਉਣੇ ਆ, 7 ਫੁੱਟ ਨੂੰ ਵੀ 4 ਲਾਉਣੇ ਆ ਜੀ, ਬਾਕੀ 6 ਆ ਗਏ, ਉਸ ਤੋਂ ਥੱਲੇ ਸਿੰਗਲ ਸਿੰਗਲ ਸਪਰਿੰਗ ਹੈਵੀ ਡਿਊਟੀ ਸਪਰਿੰਗ ਨੇਗੇ। ਹੈਵੀ ਡਿਊਟੀ ਇਹਦੀ ਜਿਹੜੀ ਸ਼ੀਟ ਯੂਜ਼ ਕੀਤੀ ਗਈ ਬਾਡੀ ਤੁਸੀਂ ਦੇਖ ਸਕਦੇ ਹੋ। ਸੋ ਵੀਰੋ, ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੀ ਇਹਦੀ ਬਾਡੀ ਦੀ, ਇਹਦੀ ਵੈਲਡਿੰਗ ਫਿਨਿਸ਼ਿੰਗ ਸਾਰੀ ਮਿਗ ਵੈਲਡਿੰਗ ਦੀ ਯੂਜ਼ ਕੀਤੀ ਗਈ ਹੈਗੀ, ਗ੍ਰੈਂਡਿੰਗ ਪ੍ਰੋਪਰ ਅੱਛੀ ਕੁਆਲਿਟੀ ਨਾਲ ਸਾਰੀ ਇਹਦੀ ਵੈਲਡਿੰਗ ਕੀਤੀ ਹੋਈ ਹੈਗੀ। ਹੁਣ ਆਪਾਂ ਗੱਲ ਕਰਦੇ ਹਾਂ ਸਾਈਡ ਗੇਅਰ ਦੀ ਜੀ, ਜਿਹੜੀਆਂ ਮੇਨ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਹੈਗੀਆਂ। ਇਹਦੇ ਵਿੱਚ ਆਪਾਂ EN353 ਮਟੀਰੀਅਲ ਨਾਲ ਟੈਂਪਰ ਗੇਅਰ ਹੁੰਦਾ ਗਾ ਉਹ ਯੂਜ਼ ਕਰਦੇ ਹਾਂ, ਸਟੀਲੀ ਗਰਾਰੀਆਂ ਵੀ ਕਹਿ ਦਿੰਦੇ ਹਾਂ, ਬੋਰੋ ਸਟੀਲ ਕਹਿ ਦਿੰਦੇ ਆਪਾਂ ਇਹਨੂੰ, ਚੰਗੀ ਲਾਈਫ ਹੁੰਦੀ ਹੈਗੀ। ਐਡਾਂ 'ਤੇ ਡਬਲ ਡਿਸਕ ਹੋ ਗਏ ਵੀਰੋ ਦੋਨਾਂ ਸਾਈਡ 'ਤੇ, ਜੋ ਵੀਰਾਂ ਦੀ ਡਿਮਾਂਡ ਆ, ਜਿੱਦਾਂ ਦੀ ਵੀ, ਕਈਆਂ ਵੀਰਾਂ ਨੂੰ ਸਿੰਗਲ ਚਾਹੀਦੇ ਆ ਤਾਂ ਤੁਸੀਂ ਸਿੰਗਲ ਵੀ ਲੈ ਸਕਦੇ ਹੋ। ਬਾਕੀ ਹਿੱਚ ਆ ਗਈ ਵੀਰੋ, ਇਹ ਆਪਾਂ ਪਹਿਲਾਂ ਵੀ ਲਾਉਂਦੇ ਸੀਗੇ, ਹੁਣ ਆਪਾਂ ਜੋ ਨਵੀਂ ਅਪਡੇਟ ਕੀਤੀ ਆ ਗਈ, ਜਿਵੇਂ ਆਪਾਂ ਗੇਅਰ ਚੇਂਜ ਕਰਤਾ, ਇਹਦੇ ਪਾਈਪ ਹੈਵੀ ਕਰਤੇ, ਔਰ ਮੇਨ ਖਾਸੀਅਤ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਮਟੀਰੀਅਲ ਲੱਗਿਆ ਸਾਰਿਆਂ ਨੂੰ ISI A1 ਕੰਪਨੀ ਦਾ ਯੂਜ਼ ਕੀਤਾ ਗਿਆ, ਜੋ ਵੀ ਪਾਈਪ ਵਗੈਰਾ ਜੋ ਵੀ ਲੱਗਿਆ ਸਮਾਨ ਜਿੰਨਾ ਲੱਗਿਆ ਸਾਰਾ A1 ਕੰਪਨੀ ਦਾ ISI। ਬਾਕੀ ਬੋਨ ਸਟੀਲ ਦੇ ਬਲੇਡ ਆ ਗਏ ਜੀ, ਇਹਦੇ ਵਿੱਚ ਖਾਸ ਚੀਜ਼ ਇਹਦੇ ਵਿੱਚ 22 ਨੰਬਰ ਦੇ ਨਟ ਪਾਏ ਗਏ ਨੇ, ਹੈਵੀ ਡਿਊਟੀ ਪ੍ਰੋਬਲਮ ਨਹੀਂ ਆਊਗੀ, ਸਾਰੇ ਸੀਲ ਵਾਲੇ ਬੈਸਟ ਕੁਆਲਿਟੀ ਦੇ ਸਾਰੇ ਸਟੀਲ ਹੀ ਨਟ ਪਾਏ ਗਏ ਨੇ। ਹੈਵੀ ਡਿਊਟੀ ਬਲੇਡ ਲੱਗਿਆ ਜੀ, ਬਲੇਡ ਟੁੱਟ ਜੇ ਬੈਂਡ ਪੈ ਜੇ ਇਹ ਬਲੇਡ ਨਵਾਂ ਮਿਲੂਗਾ। ਜੇ ਆਪਾਂ ਗੱਲ ਕਰੀਏ ਵੀਰੋ ਇਹਦੀ ਵਾਰੰਟੀ ਦੀ, ਤਾਂ 1 ਸੀਜ਼ਨ ਦੀ ਆਪਾਂ ਰੋਟਾਵੇਟਰ ਦੀ ਦਿੰਦੇ ਹਾਂ ਵਾਰੰਟੀ, ਔਰ ਜਿਹੜੀ ਗੇਅਰ ਦੀ ਹੈਗੀ ਉਹ 1 ਸਾਲ ਦੀ ਆਪਣੀ ਗਰੰਟੀ ਹੁੰਦੀ ਹੈਗੀ। ਵੈਸੇ ਤਾਂ ਜਦੋਂ ਆਪਾਂ ਐਡਾ ਵੱਡਾ ਗੇਅਰ ਲਾ ਦਿੱਤਾ ਗਾ, ਇੱਕ ਇਹਦੇ ਵਿੱਚ ਜਿਹੜੇ ਬੈਰਿੰਗ ਨੇ, ਮੇਨ ਖਾਸ ਚੀਜ਼ ਬੈਰਿੰਗ ਜਿਹੜੇ ਇਹਦੇ ਨੇ ਵਿੱਚ ਸਾਰੇ ਇਹ ਮਾਡਲ ਦੇ ਵਿੱਚ ਆਪਾਂ NBC ਦੇ ਯੂਜ਼ ਕਰਦੇ ਹਾਂਗੇ, ਜਿਹੜਾ ਗੇਅਰ ਆ ਇਹਦੀ ਸਾਲ ਦੀ ਗਰੰਟੀ ਆ ਜਾਂਦੀ ਹੈਗੀ। ਇਸ ਸਕਰੀਨ 'ਤੇ ਨੰਬਰ ਚੱਲ ਰਿਹਾ ਗਾ, ਤੁਸੀਂ ਉਹ 'ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਸੇਮ ਟੂ ਸੇਮ 8 ਫਿੱਟ ਦੇ ਸਾਈਜ਼ ਦੇ ਵਿੱਚ ਆ ਜੀ ਰੋਟਾਵੇਟਰ, ਜਿਵੇਂ ਆਪਾਂ ਉਹ ਦੇਖਿਆ ਗਾ ਪੇਂਟ ਇਹਦਾ ਸਾਰਾ ਕੋਂਬੀਨੇਸ਼ਨ ਇਹਦਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ, ਉਹਦਾ ਬਲੂ ਅਤੇ ਵਾਈਟ ਸੀਗਾ, ਇਹਦਾ ਬਿਲਕੁਲ ਸਾਰਾ ਔਰੇਂਜ ਰੱਖਿਆ ਗਿਆ। ਇਹ 855 ਟਰੈਕਟਰ ਲਈ ਬਣਾਇਆ ਗਿਆ ਜੀ, ਉਹ ਵਾਲਾ ਸੀਗਾ ਸੋਨਾਲੀਕਾ 60 ਦੇ ਲਈ ਬਣਾਇਆ ਗਿਆ ਸੀਗਾ। ਸੇਮ ਟੂ ਸੇਮ ਇਹਦੇ ਵਿੱਚ ਸੈਂਟਰ ਪਾਈਪ ਹੈਵੀ ਆ ਗਿਆ ਜੀ, ਗੇਅਰ ਹੈਵੀ ਆ ਗਿਆ, ਇਹਦੇ ਵਿੱਚ ਜਿਹੜਾ ਚੇਂਜ ਹੈਗਾ ਬਸ ਉਹ ਹਿੱਚ ਦਾ ਚੇਂਜ ਹੈਗਾ, ਇਹ ਦੇਖ ਸਕਦੇ ਹੋ। ਜਿਵੇਂ ਆਪਾਂ ਕਹਿੰਦੇ ਕਲਟੀਵੇਟਰਾਂ ਦੀ ਆਪਾਂ ਪਲੇਟ ਵਾਲੀ ਹਿੱਚ ਯੂਜ਼ ਕਰਦੇ ਹਾਂ, ਇਹ ਉਹਨੂੰ ਉਸ ਦੇ ਲਾਈਕ ਇਹਨੂੰ ਡਿਜ਼ਾਈਨ ਦਿੱਤਾ ਗਿਆ ਹੈਗਾ, ਉਹ ਆਪਣੀ ਬੰਦ ਟਾਈਪ ਹਿੱਚ ਆ ਜਾਂਦੀ ਹੈਗੀ। ਬਾਕੀ ਇੱਦਾਂ ਹੀ 60 ਬਲੇਡ ਨੇ ਇਹਦੇ ਵਿੱਚ ਜੀ, ਬੋਰੋ ਸਟੀਲ ਦੇ ਬਲੇਡ ਪਾਏ ਗਏ ਨੇ, ਡਿਟੋ ਸੇਮ ਟੂ ਸੇਮ। ਬਾਕੀ ਵੀਰੋ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਆਪਣੀ ਵੀਡੀਓਜ਼ ਵਗੈਰਾ ਦੇਖਦੇ ਹੋ ਉਹ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਮੈਂਸ਼ਨ ਕਰਿਆ ਕਰੋ, ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਨੇਗੇ, ਕਿੱਦਾਂ ਦੀ ਲੱਗਦੀਆਂ ਨੇ ਆਪਣੀ ਵੀਡੀਓ, ਕਿੱਦਾਂ ਦੇ ਲੱਗਦੇ ਆਪਣੀ ਇੰਪਲੀਮੈਂਟ, ਸਾਨੂੰ ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸਿਆ ਕਰੋ। ਸੋ ਆਪਾਂ ਹੁਣ ਗੱਲ ਕਰਦੇ 9 ਫੁੱਟ ਰੋਟਾਵੇਟਰ ਦੀ, ਇਹਦੇ ਵਿੱਚ ਸੇਮ ਟੂ ਸੇਮ ਆਪਾਂ ਜਿਹੜਾ ਗੇਅਰ ਹੈਗਾ ਹੈਵੀ ਡਿਊਟੀ ਯੂਜ਼ ਕੀਤਾ ਹੈਗਾ ਕਰੋਨ ਪੀਨੀਅਨ ਵਾਲਾ, ਜਿਹੜਾ ਕਿ ਆਪਾਂ ਕਹਿ ਦਿੰਦੇ ਹਾਂ ਕਿ ਸੁਪਰ ਸੀਡਰ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਇਹਦੇ ਵਿੱਚ 66 ਬਲੇਡ ਹੁੰਦੇ ਨੇ ਜੀ, 66 ਬਲੇਡ ਯੂਜ਼ ਕੀਤੇ ਜਾਂਦੇ ਨੇਗੇ। ਬੈਕ ਸਾਈਡ 'ਤੇ ਉਵੇਂ ਹੀ 4 ਸਪਰਿੰਗ ਆ ਗਏ ਜੀ, ਸਾਰੀ ਟੋਟਲ ਵੈਲ
और जिहड़ी इहदी हिच हुंदी है ये आपां पहले मैं काफ़ी वीडियो जिक्र किया हुआ कि बंद लोट लाने आपां सारी कवर करती है पिछों तक पहला यूज़ करते ही जिहड़े अपने बेस मॉडल होंगे उन्होंने हिच इतों ही स्टार्ट होंगी है होर आप रोटावेटर जो भी आप किन्ने भी देखते हैं ये बैलेंस वधिया बनया रहिंदा रोटावेटर का वेट ज़्यादा होंगे तो पिछों वधिया कवर करता बैलेंस बना के रखता है। बाकी जिहड़े तवे आ गए डबल आ गए दोनों च ये कास्टिंग का भी रप्पे यूज़ किए जाते हैं ये पिन भी यूज़ किए जाते हैं वो थोड़ी चॉइस है किदा का तुम्हें लेना गा ये ईजी हों भी किले क्ढ के यदी हाइट एडजस्ट करनी है या इनू क्ढना गा वो ईजी हों ज़्यादा आप गल करते हैं जेडे ऑयल यूज़ किया जाता 140 नंबर वधिया क्वालिटी का ऑयल यूज़ किया जाता गा वो आप कंप्लीट सारा ऑयल वगैरह ओके करके नाल पीटीओ शावट वधिया क्वालिटी हैवी ड्यूटी पीटीओ नाल दी जाती हैगी नाल एक किट भी दी जाती है ये जो गेयर है 4 to 4.5 लीटर लमसम ये तेल पै जाता जी साइड पर 3.5 लीटर ऑयल पैंता गा वधिया क्वालिटी की ये सील पाई जाती है लीकेज की कोई गुंजाइश नहीं रही और जोड़े प्रॉपर हब न डबल कप लाया जाता आप दिखाने आज ये 8 नटा वाली हब लाई जाती है मोस्टली तो 6 नटा वाली चलती है आप ये जोड़ा चेंज अपना मेन और डबल हब का उत्ते कप लाया जाता गा प्रॉब्लम नहीं आती। बाकी जोड़े गेजा लगिया होंगे ने जी गेयर उपर इतों गेज चैक करके तुम कह लिए एक सीजन तो बाद सीजन तो तुम तेल पा सकते हो सर्विस यदि होंगी रहे चीज़ की इनू कोई प्रॉब्लम नहीं आती बैरिंग गेयर मेन गेयर सेंटर गेयर और साइड गेयर सारा आप दसता वधिया वधिया क्वालिटी का समान पाया जाता। बाकी तुहानू जो भी जानकारी चाहिए हैगी कॉल करके स्क्रीन पर नंबर चल रहा है कोई भी इनकुआरी तुम लै सकते हो और डिस्क्रिप्शन के अपना लिंक दिता गया लोकेशन का तुम उ लोकेशन पर क्लिक करके अपने को पहुँच सकते हो। बाकी वीडियो में शेयर जरूर करो लाइक करो जी क्योंकि इस चीज़ ना साडा हौसला वधदा गा असीं तुहाडे लई नवीं नवीं चीज़ां लैके आउंदे हां चैनल नूं सबसक्राइब कर लिओ कमेंट करके सानूं जरूर दस्सिओ वीर कित्थों कित्थों वीडियो देख रहे हैं और एक गल करिए आपां हुण साइज़ां दी वी किन्ने किन्ने तों किन्ने तक साइज़ आपां रोटावेटर बनाउणे हैगे आपां 4 फुट तों लैके 12 फुट तक रोटावेटर रेडी करदे हां जी तुहानूं तुहाडे ट्रैक्टर दे अकॉर्डिंग जमीन दे अकॉर्डिंग एरिया दे अकॉर्डिंग आपां सुजैसट करांगे किहड़ा ट्रैक्टर नूं आपां किन्ने फुट देणा क्योंकि मोस्टली की हुंदा गा इस बार दे एक्सपीरियंस इदां दे सीगे जिमें 60-55 ट्रैक्टर जां हॉलैंड 36-30 या 60-65 HP के ट्रैक्टर 54-55-53-10 जिहड़े वीर 9-9 फुटे या 10-10 फुटे लैके गए थे मोस्टली हुण हर एक वीर कोल छोटे ट्रैक्टर का हुंदा ही आ कोल आपां कह लईए उन्होंने 9-9 फुटे 10-10 फुटे मेरे वीडियो भी अपडेट ने गिया तुसीं उपर कार्ड ते क्लिक करके देख सकदे होंगे 744 ट्रैक्टर आ 735 नूं 44 कराया हुआ लो हाई मीडियम करवाया हुआ उहदे 10 फुटा रोटावेटर अपना किवें चल रहा है और अगे तुसी मैं कार्ड पर मैनशन करूँगा उत्थे तुसी देखियो मैसी 245 पिछे अपना 10 फुट रोटावेटर चलता और फार्म ट्रैक जिहड़े 60 ट्रैक्टर है 50-52 HP के समथिंग 14 टायर ट्रैक्टर ने 9-9 फुटे अपने रोटावेटर बहुत वधिया खिंचदे हैगे उहदी वीडियो का भी मैं कार्ड के उपर दे दूंगा लिंक तुसी जाके उत्थे चैक कर सकदे हो भी किदां दा चल रहे हैं बिल्कुल भी कोई लोड नहीं कह सकते सुके दे विच अर्जन 9605 दे तुसी देख सकदे हो मैं कार्ड के उपर लिंक पाऊँगा उहदे विच तुसी देखियो भी 10 फुट रोटावेटर चल रहा वह भी नरम वाले वाहनों के जिते छटियां होंगे बड़िया बड़िया राजस्थान एरिए चल रहा है चिकड़ के कह लिए भी अपड़ वैली के रेसले वाहन जिदा का भी वाहन है कोई प्रॉब्लम नहीं आऊगी जो कोई वायरेशन की जो भी कोई प्रॉब्लम नहीं आऊगी। और रही गल बाकी किदा की तुम्हें चाहिए कि मॉडल चाहिए अपने 3-4 मॉडल बनाए जाते हैं बेस मीडियम टॉप 3 मॉडल ऑलरेडी पहला आप बनाती हूँ तक के वीडियो देखी ने गए बिल्कुल नवे मॉडल बनाए गए हैं गेयर बॉक्स तुम्हें देखा था और बैरिंग वगैरह देखे ने जो भी है किदा के थोड़ा लग्या सूँ कमेंट करके जरूर दस्यो। बाकी हाँ जी भी इंस्टाग्राम पर अपने चैनल में जरूर फॉलो कर लिये उत्थे रीलों वगैरह पोस्ट अपडेट डेली आँदी रही है यूट्यूब थोड़ा टाइम लग जाता है सो फेसबुक पर भी अपना चैनल है उत्थे सबसक्राइब कर सकते हो यूट्यूब पर भी चैनल अपना सबसक्राइब कर लो फॉलो कर लो वीडियो में शेयर और लाइक जरूर करो। धन्यवाद जी मिलते हैं जल्दी अगली वीडियो के सत श्री अकाल रब रखा जी।